ਅਸੀਂ ਆਪਣੇ ਨਗਰ ਦੇ ਵਿੱਚੋਂ ਕੋਈ 120 ਪਰਿਵਾਰ ਸਾਰੇ ਇਕੱਠੇ ਹੋ ਕੇ ਸਰਦਾਰ ਬਲਬੀਰ ਸਿੰਘ ਜੀ ਪੰਨੂ ਚੇਅਰਮੈਨ ਸਾਹਿਬ ਉਹਨਾਂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਸ਼ਾਮਿਲ ਹੋਏ ਆ। ਇੱਕ ਤੇ ਪੰਨੂ ਸਾਹਿਬ ਦਾ ਜਿਹੜਾ ਸੁਭਾਅ ਬਹੁਤ ਵਧੀਆ, ਕੰਮ ਕਰਨ ਦਾ ਤਰੀਕਾ ਬਹੁਤ ਵਧੀਆ। ਤਕਰੀਬਨ ਕੋਈ 7 ਮਹੀਨੇ ਹੋ ਗਏ ਸਰਕਾਰ ਬਣੀ ਨੂੰ, ਕਿਸੇ ਵੀ ਆਪਣੇ ਹਲਕੇ ਦੇ ਵਿੱਚ ਪਿੰਡ ਵਿੱਚ ਕੋਈ ਨਜਾਇਜ਼ ਪਰਚਾ ਦਰਜ ਨਹੀਂ ਹੋਇਆ। ਪੰਨੂ ਸਾਹਿਬ ਜਿਹੜਾ ਤੇ ਕੋਈ ਕੰਮ ਹੋਣ ਵਾਲਾ ਉਹ ਕਰਦੇ ਨੇ, ਜਿਹੜਾ ਨਹੀਂ ਹੋਣ ਵਾਲਾ ਤੇ ਉਹਨੂੰ ਠੀਕ ਟਾਈਮ ਦੇ ਨਾਲ ਬੰਦੇ ਨੂੰ ਜਵਾਬ ਦਿੰਦੇ ਕਿ ਤੇਰਾ ਕੰਮ ਨਹੀਂ ਹੋ ਸਕਦਾ। ਪਹਿਲਾਂ ਵਾਲਾ ਜਿੱਦਾਂ ਕਾਂਗਰਸ ਸਰਕਾਰ ਦੇ ਵਿੱਚ ਜਾਂ ਹੋਰ ਸਰਕਾਰਾਂ ਦੇ ਵਿੱਚ ਲਾਰੇ ਵਾਲਾ ਲਾਰੇ ਲੱਪੇ ਵਾਲਾ ਕੰਮ ਹੀ ਉਹ ਨਹੀਂ ਹੁੰਦਾ। ਇਹ ਕਰਕੇ ਸਾਡਾ ਜਿਹੜਾ ਸਾਰਾ ਨਗਰ ਹੀ ਸਲਾਹ ਕਰਕੇ ਆਪਣੇ ਪਿੰਡ ਦੇ ਵਿਕਾਸ ਲਈ ਸਰਦਾਰ ਬਲਬੀਰ ਸਿੰਘ ਪੰਨੂ ਚੇਅਰਮੈਨ ਸਾਹਿਬ ਦੇ ਨਾਲ ਅੱਜ ਉਹਨਾਂ ਦੀ ਹਮਾਇਤ ਕਰਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਾਂ। ਵੇਖੋ ਜੀ, ਤਕਰੀਬਨ ਮੇਰੇ ਪੜਦਾਦਾ ਜੀ ਤੋਂ ਲੈ ਕੇ ਅਤੇ ਮੈਂ ਹੁਣ ਇਸ ਟਾਈਮ ਤੀਸਰੀ ਪੀੜ ਚੌਥੀ ਪੀੜ੍ਹੀ ਦੇ ਵਿੱਚ ਜਿਹੜਾ ਅਸੀਂ ਅਕਾਲੀ ਦਲ 'ਚ ਸੇਵਾ ਕਰ ਰਹੇ ਹਾਂ ਅਤੇ ਅੱਜ ਅਸੀਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਾਂ। ਮੇਰੇ ਪਹਿਲਾਂ ਦਾਦਾ ਜੀ ਜਿਹੜੇ ਉਹ ਸਰਪੰਚ ਰਹੇ, ਉਹ ਤੋਂ ਬਾਅਦ ਮੇਰੇ ਫਾਦਰ ਸਾਹਿਬ ਸਰਦਾਰ ਜਗੀਰ ਸਿੰਘ ਜੀ ਸਰਪੰਚ ਰਹੇ ਅਤੇ ਤੀਸਰੀ ਪੀੜ੍ਹੀ 'ਚ ਮੈਂ ਅੱਗੇ ਸੇਵਾ ਕਰ ਰਿਹਾ। ਬਹੁਤ ਬਹੁਤ ਧੰਨਵਾਦ ਜੀ ਪਿੰਡ ਸੇਖਾਵਾਂ ਦੀ ਸਾਧ ਸੰਗਤ ਦਾ, ਜੋ ਅੱਜ ਇੱਥੇ ਤੁਸੀਂ ਵੀ ਪ੍ਰੈਸ ਦੀ ਜਿੰਨੇ ਵੀ ਵੀਰ ਪਹੁੰਚੇ ਤੁਹਾਡਾ ਵੀ ਧੰਨਵਾਦ। ਸੇਖਵਾਂ ਦੇ ਸਾਡੇ ਵੀਰ ਮਲਕੀਤ ਸਿੰਘ ਜੀ, ਜਿਨ੍ਹਾਂ ਦੇ ਪਿਤਾ ਜੀ ਸਰਪੰਚ ਜਗੀਰ ਸਿੰਘ ਜੀ, ਸਰਦਾਰ ਜਗੀਰ ਸਿੰਘ ਜੀ, ਅਤੇ ਉਹਨਾਂ ਦੇ ਦਾਦਾ ਜੀ ਵੀ ਸੇਖਵਾਂ ਦੇ ਸਰਪੰਚ ਰਹੇ ਨੇ। ਤਕਰੀਬਨ 15 ਤੋਂ 20 ਸਾਲ ਪਿੰਡ ਦੀ ਬਾਗਡੋਰ, ਅਕਾਲੀ ਦਲ ਦੀ ਬਾਗਡੋਰ ਪਿੰਡ ਦੇ ਵਿੱਚ ਇਹਨਾਂ ਦੇ ਕੋਲ ਸੀ ਅਤੇ ਹਰ ਵਾਰ ਇਹ ਪਿੰਡ ਤੋਂ ਅਕਾਲੀ ਦਲ ਦਾ ਪੂਸ ਕਾਫੀ ਵੱਡੀ ਅੱਧੋ ਅੱਧ ਦੇ ਫਰਕ ਦੇ ਜਿਤਾਉਂਦੇ ਆਏ ਨੇ ਅਤੇ ਪਿੰਡ ਦੀ ਤਕਰੀਬਨ ਸਾਰੀ ਅਕਾਲੀ ਦਲ ਦੀ ਸੰਗਤ, ਤਕਰੀਬਨ 120 ਦੇ ਕਰੀਬ ਪਰਿਵਾਰ ਸਾਰੇ ਤਕਰੀਬਨ ਅੱਜ ਵੀਰ ਦੇ ਪਿਆਰ ਸਦਕਾ, ਜੋ ਵੀਰ ਦਾ ਇਹਨਾਂ ਪਿੰਡ ਦੇ ਵਿੱਚ ਪਿਆਰ ਹੈ, ਸਾਰੇ ਪਰਿਵਾਰ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ। ਮੈਂ ਵੀਰ ਨੂੰ ਆਮ ਆਦਮੀ ਪਾਰਟੀ ਜੀਆਂ ਮੈਂ ਆਖਾਂ ਤਾਂ ਅਤੇ ਪਰਿਵਾਰਾਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ, ਕਿਸੇ ਨੂੰ ਵੀ ਅਸੀਂ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦੇਵਾਂਗੇ। ਜਾਇਜ਼ ਕੰਮਾਂ ਦੇ ਵਿੱਚ ਕਿਸੇ ਨੂੰ ਪਿੱਠ ਨਹੀਂ ਵਿਖਾਈ ਜਾਵੇਗੀ ਔਰ ਨਜਾਇਜ਼ ਕੰਮਾਂ ਲਈ ਮੈਂ ਸਾਰੇ ਪਿੰਡ ਨੂੰ ਬੇਨਤੀ ਕੀਤੀ ਹੈ ਕਿ ਨਜਾਇਜ਼ ਕੰਮਾਂ ਲਈ ਮੇਰੇ ਕੋਲ ਕੋਈ ਵੀ ਇੱਦਾਂ ਦੀ ਕੋਈ ਫਰਮਾਇਸ਼ ਲੈ ਕੇ ਨਾ ਆਇਓ। ਨਜਾਇਜ਼ ਕੰਮਾਂ ਦੇ ਵਾਸਤੇ ਅਸੀਂ ਕਿਸੇ ਦਾ ਸਾਥ ਨਹੀਂ ਦੇਵਾਂਗੇ, ਜਾਇਜ਼ ਕੰਮਾਂ ਦੇ ਵਾਸਤੇ ਕਿਸੇ ਦੀ ਪਿੱਠ ਨਹੀਂ ਲੱਗਣ ਦੇਵਾਂਗੇ। ਭਾਵੇਂ ਕੋਈ ਰਾਤ ਵੀ ਆ ਕੇ ਕੰਮ ਕਵੇ, ਅਸੀਂ ਰਾਤ ਵੀ ਸੇਵਾ ਵਾਸਤੇ ਹਾਜ਼ਰ ਹੋਵਾਂਗੇ। ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ ਕਿ ਬਲਵੀਰ ਵੀਰ ਨੂੰ ਬੜਾ ਪਿੰਡ ਵਾਸੀਆਂ ਨੇ ਪਿਆਰ ਦਿੱਤਾ, ਇੱਦਾਂ ਹੀ ਵੀਰ ਨੂੰ ਪਿੰਡ ਵਾਸੀ ਪਿਆਰ ਦਿੰਦੇ ਰਹਿਣ ਅਤੇ ਅਸੀਂ ਵੀ ਜਿਹੜੀ ਸਾਡੀ ਹਲਕੇ ਫਤਿਹਗੜ੍ਹ ਚੂੜੀਆਂ 'ਤੇ ਸਰਕਾਰ ਨੇ ਪਾਰਟੀ ਨੇ ਡਿਊਟੀ ਲਾਈ ਹੈ, ਅਸੀਂ ਵੀ ਇਸ ਸੇਵਾ ਨੂੰ ਰਲ ਮਿਲ ਕੇ ਇਹੋ ਜਿਹੇ ਵੀਰਾਂ ਦੇ ਨਾਲ ਰਲ ਮਿਲ ਕੇ ਨਿਭਾਉਂਦੇ ਰਹੀ। ਵੇਖੋ ਜੀ, ਸ਼ਾਮਿਲ ਹੋਣ ਵਾਲੇ ਲੋਕ ਜੇ ਤਾਂ ਗੱਲ ਕਰੀਏ ਦੂਸਰੀਆਂ ਪਾਰਟੀਆਂ ਦੀ, ਕਦੇ ਮੈਨੂੰ ਲੱਗਦਾ ਵੀ ਇੱਕ ਘੰਟਾ ਅਸੀਂ ਦੂਸਰੀਆਂ ਪਾਰਟੀਆਂ ਬਾਰੇ ਬੋਲਦੇ ਲਵਾਂਗੇ, ਮੈਂ ਸਮਾਂ ਨਹੀਂ ਖਰਾਬ ਕਰਨਾ ਚਾਹੁੰਦਾ। ਲੋਕ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਵੇਖ ਕੇ, ਕੰਮ ਕਰਨ ਦੇ ਤਰੀਕੇ ਨੂੰ ਵੇਖ ਕੇ, ਕਿਸੇ ਨਾਲ ਨਜਾਇਜ਼ ਕੋਈ ਧੱਕਾ ਨਹੀਂ ਹੋ ਰਿਹਾ, ਪ੍ਰਸ਼ਾਸਨ ਦੇ ਵਿੱਚ ਕਿਸੇ ਮੁਲਾਜ਼ਮ ਦੇ ਉੱਤੇ ਫਾਲਤੂ ਕੋਈ ਪ੍ਰੈਸ਼ਰ ਨਹੀਂ ਪੈ ਰਿਹਾ, ਸਾਡੇ ਥਾਣਿਆਂ ਦੇ ਸਾਰੇ SHO ਵਧੀਆ ਤਰੀਕੇ ਦੇ ਨਾਲ ਡਿਊਟੀ ਲਵਾ ਰਹੇ ਨੇ, ਡਿਪਟੀ ਸਾਹਿਬ, ਕਿਸੇ ਨੂੰ ਵੀ ਕੋਈ ਪੋਲੀਟੀਕਲ ਪ੍ਰੈਸ਼ਰ ਨਹੀਂ ਹੈ, ਸਾਰੇ ਮੁਲਾਜ਼ਮ ਆਪਣੀ ਆਜ਼ਾਦੀ ਦੇ ਵਿੱਚ ਸਹੀ ਤਰੀਕੇ ਦੇ ਨਾਲ ਕੰਮ ਕਰ ਰਹੇ ਨੇ। ਹਲਕੇ ਦੇ ਵਿਕਾਸ ਦੇ ਵਿੱਚ ਤਕਰੀਬਨ ਪਿੰਡਾਂ ਦੇ ਵਿੱਚ ਮੈਂ 5-5 ਪਿੰਡਾਂ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਔਰ ਪਿੰਡਾਂ ਦੇ ਵਿੱਚੋਂ ਮੈਂ ਜਾ ਕੇ ਪਿੰਡਾਂ ਦੇ ਵਿੱਚ ਮੈਂ ਆਮ ਅਜਲਾਸ ਸੰਗਤ ਨੂੰ ਇਕੱਠੀ ਕਰਕੇ ਜੋ ਵੀ ਪਿੰਡ ਦੀ ਡਿਮਾਂਡ ਹੋਵੇਗੀ, ਆਪਣੀ ਮਰਜ਼ੀ ਦੇ ਨਾਲ ਕੁਝ ਨਹੀਂ ਕੀਤਾ ਜਾਵੇਗਾ, ਧੱਕੇ ਦੇ ਨਾਲ ਕਿਸੇ ਨੂੰ ਨਹੀਂ ਥੋਪਿਆ ਜਾਵੇਗਾ, ਪਿੰਡ ਦੇ ਵਿੱਚ ਜਿਸ ਚੀਜ਼ ਦੀ ਲੋੜ ਹੋਵੇਗੀ ਔਰ ਪਿੰਡ ਕਵੇਗਾ, ਉਹਨਾਂ ਦੀ ਮੰਗ ਦੇ ਆਧਾਰ 'ਤੇ ਪਿੰਡਾਂ ਦੇ ਵਿੱਚ ਕੰਮ ਕੀਤੇ ਜਾਵੇਗਾ।